ਨਾਮ ਮੇਰਾ ਲਿਆਕਤ ਮਸੀਹ ਹੈ, ਮੇਰੇ ਬੇਟੇ ਦਾ ਨਾਮ ਅਨਮੋਲ ਲਿਆਕਤ ਹੈ। ਅਤੇ 15 ਤਰੀਕ ਦਾ ਵਾਕਿਆ ਜੋ 11 ਵਜੇ ਦਾ ਵਾਕਿਆ ਹੋਇਆ, ਇਹ ਘਰ ਸੁੱਤਾ ਹੋਇਆ ਸੀ ਅਤੇ ਇਹ ਵਿੱਚ ਉੱਥੇ ਨਹੀਂ ਗਿਆ ਹੈਗਾ, ਕਿਸੇ ਵਾਕੇ 'ਚੋਂ ਨਹੀਂ ਗਿਆ। ਅਤੇ ਉਹ 8 ਦਿਨ ਬਾਅਦ ਪੁਲਿਸ ਵਾਲਿਆਂ ਨੇ 12-22 ਤਰੀਕ ਨੂੰ ਇਹ ਦੁੱਧ ਲੈਣ ਗਿਆ ਦੁਕਾਨ 'ਤੇ, ਦੁਕਾਨ ਵਾਲਿਆਂ ਨੂੰ ਪੁਲਿਸ ਪਈ ਹੈ ਅਤੇ ਇਹਨੇ ਫੜ ਕੇ ਲੈ ਗਿਆ। ਉਸ ਤੋਂ ਬਾਅਦ ਅਸੀਂ ਲੱਭਦੇ ਰਹੇ, ਸਾਨੂੰ ਨਹੀਂ ਲੱਭਿਆ। ਇੱਕ ਮਹੀਨੇ ਕੁ ਬਾਅਦ ਸਾਡੀ ਮੁਲਾਕਾਤ ਹੋਈ ਹੈ, ਉਹ ਵੀ ਹੈ ਜੇਲ੍ਹ 'ਚ, ਅਤੇ ਉਹ ਵੀ ਮੁਲਾਕਾਤ ਕਰਨ ਦਿੰਦੇ ਨੇ, ਪੈਸੇ ਪੁੱਛੇ ਲੈ ਕੇ, ਪਰ ਮੈਂ ਪੈਸੇ ਨਹੀਂ ਲੈ, ਉਹਦੀ ਮੁਲਾਕਾਤ ਨਹੀਂ ਕਰਨ ਦਿੰਦੇ। ਮਹੀਨੇ ਬਾਅਦ ਸਾਨੂੰ ਮੁਲਾਕਾਤ ਹੋਈ ਉਹਨਾਂ ਨਾਲ, ਅਤੇ ਉਹਨੇ ਸਾਨੂੰ ਦੱਸਿਆ ਕਿ ਸਾਨੂੰ ਉਹਨਾਂ ਨੂੰ ਬੜਾ ਮਾਰਿਆ ਅਤੇ ਬੜਾ ਕੁੱਟਿਆ ਨੇ, ਅਤੇ ਬੁਰਾ ਹਾਲ ਹੀ ਹੈ। 3.5 ਸਾਲ ਹੋ ਗਏ ਨੇ, ਮੇਰਾ ਬੱਚਾ ਬੇਕਸੂਰ ਹੈ, ਅਤੇ ਜਾਇਜ਼ ਹੀ ਉਹਨਾਂ ਨੇ ਰੱਖਿਆ ਹੋਇਆ, ਕਿਸੇ ਗੱਲ ਦੇ ਵਿੱਚ ਹੈਗੇ ਨਹੀਂ। ਐਨ ਜੀ ਓ ਵਾਲੇ ਅਤੇ ਬਾਕੀ ਬਹੁਤ ਬਾਹਰ ਬੰਦੇ ਜਿੰਨੇ ਵੀ ਆਉਂਦੇ ਰਹੇ ਉਹਨਾਂ, ਇਹ ਤਸਵੀਰਾਂ ਸਾਡੀਆਂ ਲੈ ਜਾਂਦੇ ਰਹੇ ਨੇ, ਅਤੇ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਮੈਂ ਸ਼ੁਕਰ ਹਾਂ ERC ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ, ਬਾਈ ਫਰਦ ਦਾ ਅਤੇ ਬਾਈ ਕੀਤ ਦਾ, ਬੜਾ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਡੇ ਕੇਸ 'ਤੇ ਪੈਸੇ ਖਰਚ ਰਹੇ ਨੇ। ਸਾਡਾ ਕੇਸ ਬੜੀ ਅੱਛੀ ਤਰ੍ਹਾਂ ਲੜਦੇ ਪੈਣਾ, ਅਤੇ ਇਹਨਾਂ ਨੂੰ ਖੁਦਾ ਬਰਕਤ ਦੇਵੇ, ਤੰਦਰੁਸਤੀ ਦੇਵੇ ਇਹਨਾਂ ਨੂੰ, ਅਤੇ ਪੈਸੇ ਸਾਰੇ ਇਹ ਖਰਚ ਰਹੇ ਨੇ। ਸਾਡੇ ਕੇਸ 'ਤੇ ਵੀ ਪੈਸੇ ਖਰਚ ਰਹੇ ਨੇ, ਸਾਡੇ ਘਰ ਵਾਸਤੇ ਵੀ ਪੈਸੇ ਦੇ ਰਹੇ ਨੇ, ਸਾਡੇ ਖਰਚੇ ਵਾਸਤੇ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ। ਕਦਮ ਯਸੂ ਮਸੀਹ ਦਾ, ਤੰਦਰੁਸਤੀ ਦੇਵੇ,